ਲੋਕ ਸਭਾ ਚੋਣਾਂ ਤੋਂ ਬਾਅਦ ਆਮ ਲੋਕਾਂ ਨੂੰ ਹੁਣ ਮਹਿੰਗਾਈ ਦਾ ਤਗੜਾ ਝਟਕਾ ਲੱਗਿਆ। ਦੱਸ ਦਈਏ ਕਿ ਲਗਾਤਾਰ ਜਿੱਥੇ ਮਹਿੰਗਾਈ ਲੋਕਾਂ ਦੀ ਕਮਰ ਤੋੜ ਰਹੀ ਹੈ, ਉੱਥੇ ਹੁਣ ਦੁੱਧ ਦੀਆਂ ਕੀਮਤਾਂ ਦੇ ਵਿੱਚ ਵੀ ਵਾਧਾ ਕੀਤਾ ਗਿਆ। 2 ਰੁਪਏ ਪ੍ਰਤੀ ਕਿਲੋ ਦੁੱਧ ਦੇ ਰੇਟ ਦੇ ਵਿੱਚ ਇਜ਼ਾਫਾ ਕੀਤਾ, ਜਿਸ ਦੇ ਨਾਲ ਆਮ ਲੋਕਾਂ ਦੇ ਉੱਤੇ ਹੁਣ ਇਸਦਾ ਅਸਰ ਪੈਂਦਾ ਦਿਖਾਈ ਦੇਵੇਗਾ। ਤਾਂ ਦੱਸ ਦਈਏ ਕਿ ਜਿਹੜਾ ਦੁੱਧ ਪਹਿਲਾਂ 64 ਰੁਪਏ ਪ੍ਰਤੀ ਲੀਟਰ ਹੁੰਦਾ ਸੀ, ਉਹ ਹੁਣ 66 ਰੁਪਏ ਪ੍ਰਤੀ ਲੀਟਰ ਹੋ ਜਾਵੇਗਾ ਅਤੇ 62 ਰੁਪਏ ਪ੍ਰਤੀ ਲੀਟਰ ਵਾਲਾ ਦੁੱਧ 64 ਰੁਪਏ ਪ੍ਰਤੀ ਲੀਟਰ ਹੋ ਜਾਵੇਗਾ। ਕਿਸਾਨਾਂ ਦੇ ਵੱਲੋਂ ਵੀ ਲਗਾਤਾਰ ਮੰਗ ਕੀਤੀ ਜਾ ਰਹੀ ਸੀ ਕਿ ਦੁੱਧ ਦੀਆਂ ਕੀਮਤਾਂ ਦੇ ਵਿੱਚ ਇਜ਼ਾਫਾ ਕਰਨਾ ਚਾਹੀਦਾ ਹੈ। 2023 ਤੋਂ ਬਾਅਦ ਇਸ ਦੀਆਂ ਕੀਮਤਾਂ ਨਹੀਂ ਸੀ ਵਧੀਆਂ, ਫਰਵਰੀ 2023 ਦੇ ਵਿੱਚ ਕੀਮਤਾਂ ਵਧੀਆਂ ਸੀ ਅਤੇ ਹੁਣ ਜੋ ਹੈ ਇੱਕ ਵੱਡਾ ਫੈਸਲਾ ਲਿਆ ਗਿਆ ਅਤੇ ਦੁੱਧ ਦੀਆਂ ਕੀਮਤਾਂ 'ਚ ਵਾਧਾ ਕੀਤਾ। ਤਾਂ ਦੱਸ ਦਈਏ ਕਿ ਅਮੂਲ ਦੇ ਵੱਲੋਂ ਇਹ ਵਾਧਾ ਕੀਤਾ ਗਿਆ। ਅਮੂਲ ਨੇ ਆਪਣੇ ਦੁੱਧ ਦੇ ਰੇਟਾਂ ਨੂੰ ਵਧਾ ਦਿੱਤਾ, 62 ਰੁਪਏ ਵਾਲਾ ਦੁੱਧ 64 ਰੁਪਏ ਕਰ ਦਿੱਤਾ ਅਤੇ ਗੋਲਡ ਜੋ ਹੈ 64 ਤੋਂ 66 ਰੁਪਏ ਪ੍ਰਤੀ ਲੀਟਰ ਕਰ ਦਿੱਤਾ। ਤਾਂ ਅਮੂਲ ਗੋਲਡ ਦਾ ਰੇਟ ਇਸ ਸਮੇਂ 64 ਰੁਪਏ ਚੱਲ ਰਿਹਾ ਅਤੇ ਹੁਣ ਉਹ 66 ਰੁਪਏ ਪ੍ਰਤੀ ਲੀਟਰ ਮਿਲੇਗਾ। ਤਾਂ ਦੱਸ ਦਈਏ ਕਿ ਵਧੀਆਂ ਹੋਈਆਂ ਕੀਮਤਾਂ ਯਾਨੀ ਕਿ 3 ਜੂਨ ਅੱਜ ਤੋਂ ਹੀ ਲਾਗੂ ਹੋ ਗਈਆਂ ਨੇ, ਜਿਸ ਦਾ ਹੁਣ ਸਿੱਧਾ ਅਸਰ ਆਮ ਲੋਕਾਂ ਦੀ ਜੇਬ ਦੇ ਉੱਤੇ ਪੈਂਦਾ ਵੀ ਦਿਖਾਈ ਦੇਵੇਗਾ। ਤਾਂ ਲੋਕ ਸਭਾ ਚੋਣਾਂ ਤੋਂ ਬਾਅਦ ਇਹ ਆਮ ਲੋਕਾਂ ਨੂੰ ਮਹਿੰਗਾਈ ਦਾ ਤਗੜਾ ਝਟਕਾ ਮਿਲਿਆ, ਕਿਉਂਕਿ ਦੁੱਧ ਦੇ ਰੇਟਾਂ ਦੇ ਵਿੱਚ ਵਾਧਾ ਕਰ ਦਿੱਤਾ ਗਿਆ। ਹਾਲਾਂਕਿ ਦੁੱਧ ਇੱਕ ਅਜਿਹੀ ਚੀਜ਼ ਹੈ ਜਿਸ ਤੋਂ ਬਿਨਾਂ ਵਿਅਕਤੀ ਦਾ ਬਿਲਕੁਲ ਵੀ ਨਹੀਂ ਸਰ ਸਕਦਾ, ਕਿਉਂਕਿ ਲਗਾਤਾਰ ਇਸ ਦੀ ਮੰਗ ਹੁੰਦੀ ਹੈ ਅਤੇ ਹੁਣ ਦੁੱਧ ਦੇ ਰੇਟਾਂ ਦੇ ਵਿੱਚ ਇਜ਼ਾਫਾ ਕੀਤਾ ਗਿਆ ਅਤੇ 3 ਜੂਨ ਯਾਨੀ ਕਿ ਅੱਜ ਤੋਂ ਹੀ ਵਧੀਆਂ ਹੋਈਆਂ ਕੀਮਤਾਂ ਲਾਗੂ ਹੋ ਜਾਣਗੀਆਂ। ਇਸ ਦੇ ਨਾਲ ਕਿਸਾਨਾਂ ਦੀ ਆਮਦਨ ਵੀ ਜਿੱਥੇ ਵਧੇਗੀ ਉੱਥੇ ਹੀ ਪਰ ਆਮ ਲੋਕਾਂ ਦੀ ਜੇਬ 'ਤੇ ਇਸਦਾ ਅਸਰ ਪੈਂਦਾ ਸਾਫ ਦਿਖਾਈ ਦੇਵੇਗਾ। ਤਾਂ ਅਮੂਲ ਦੇ ਵੱਲੋਂ ਦੁੱਧ ਦੇ ਰੇਟਾਂ ਦੇ ਵਿੱਚ ਇਜ਼ਾਫਾ ਕੀਤਾ, ਜੋ ਅਮੂਲ ਦਾ ਟੀ ਵਾਲਾ ਦੁੱਧ ਹੈ ਉਹ 62 ਤੋਂ 64 ਰੁਪਏ ਹੋ ਗਿਆ ਅਤੇ ਅਮੂਲ ਗੋਲਡ ਦਾ ਰੇਟ 64 ਤੋਂ 66 ਰੁਪਏ ਹੋ ਗਿਆ। ਤਾਂ 4% ਰੇਟ ਜੋ ਨੇ ਅਮੂਲ ਦੇ ਵੱਲੋਂ ਵਧਾਏ ਗਏ ਨੇ। ਫਰਵਰੀ 2023 ਤੋਂ ਇਸਦੀਆਂ ਕੀਮਤਾਂ ਦੇ ਵਿੱਚ ਵਾਧਾ ਨਹੀਂ ਸੀ ਕੀਤਾ ਗਿਆ ਅਤੇ ਹੁਣ ਅਮੂਲ ਦੇ ਵੱਲੋਂ ਵੱਡਾ ਫੈਸਲਾ ਲਿਆ ਗਿਆ ਅਤੇ 2 ਰੁਪਏ ਪ੍ਰਤੀ ਲੀਟਰ ਦੁੱਧ ਦੇ ਵਿੱਚ ਇਜ਼ਾਫਾ ਕੀਤਾ ਗਿਆ।